तेरे कवन कवन गुण कह कह गावा, तू साहिब गुणी निधना, तुम्हारी महिमा बरन तुम्हारी महिमा बरन न सको, तू ठाकुर ऊच भगवान। सुत अपराध करत हैं जेते जननी चीत न राखिस तेते, राम या हो बारिक तेरा काहे ना खंडस अवगुण मेरा। जेता समुद सागर नीर परया ते अवगन हमारे, दया करो किछ मेहरी उपावो डूब दे पत्थर तारे तारे। पाकिस्तान दी सरकार बाहरले देशां विच भी जिथे सिखां दियां काफी सोसाइटियां सभा बजारत विच भी कई देशां विच सिख ने, सब थावां ते बाहरले देशां विच हिंदुस्तान ते पाकिस्तान दी सरकार, पाकिस्तान दे पंजाब दी ते हिंदुस्तान दे पंजाब दी सरकार सारे ही मना रहे हैं। उदासीन संत निर्मले निहंग सिंह कार सेवा वाले संत राड़ा साहब नानक सर कलेरा दमदमी टकसाल सारिया संप्रदावां गुरु नानक साहब की खुशी लैणी है। संगत नूं साडी बेनती है
ਕਿ ਖੁਸ਼ੀ ਉਹਨੂੰ ਮਿਲੇਗੀ ਜਿਹੜਾ ਰੋਜ਼ ਛੇ ਮਾਲਾ ਗੁਰੂ ਨਾਨਕ ਸਾਹਿਬ ਦੇ ਮੂਲ ਮੰਤਰ ਪਹਿਲੀ ਪੌੜੀ ਦੀਆਂ ਜਿਹੜਾ ਗੁਰਸਿੱਖ ਰੋਜ਼ ਕਰੇਗਾ ਛੇ ਮਾਲਾ ਮੂਲ ਮੰਤਰ ਦੀਆਂ ਪਹਿਲੀ ਪੌੜੀ ਦੀਆਂ ਜਿਹੜਾ ਗੁਰਸਿੱਖ ਰੋਜ਼ ਕਰੇਗਾ ਉਹਨੂੰ ਗੁਰੂ ਨਾਨਕ ਸਾਹਿਬ ਜੀ ਆਪਦੇ 550 ਸਾਲ ਜਨਮ ਦਿਨ ਦੇ ਉੱਤੇ ਉਹਦੀਆਂ ਝੋਲੀਆਂ ਭਰਨਗੇ ਖੁਸ਼ੀਆਂ ਨਾਲ। ਜਿਹੜੀਆਂ ਸੰਗਤਾਂ ਰੋਜ਼ ਛੇ ਮਾਲਾ ਜਾਂ ਛੇ ਮਾਲਾ ਤੋਂ ਵੱਧ ਕਰ ਰਹੀਆਂ ਨੇ ਉਹਨਾਂ ਨੇ ਬਾਹਾਂ ਖੜੀਆਂ ਕਰਨੀਆਂ ਦੂਜਿਆਂ ਨੇ ਨਹੀਂ। ਸਾਨੂੰ ਪਤਾ ਲੱਗ ਜੇ ਕਿ ਤੁਹਾਨੂੰ ਕਿਹਾ ਸੀ ਤੁਸੀਂ ਕਰਦੇ ਜੇ ਵੀ ਕਿ ਨਹੀਂ ਕਰਦੇ। ਛੇ ਮਾਲਾ ਮੂਲ ਮੰਤਰ ਦੀਆਂ ਜਿਹੜੇ ਕਰਦੇ ਆ ਸ਼ਾਬਾਸ਼। ਹੁਣ ਥੱਲੇ ਕਰ ਲਓ ਤੁਸੀਂ ਯਾਦ, ਜਿਹੜੇ ਨਹੀਂ ਕਰਦੇ ਉਹ ਵੀ ਭਾਈ ਤੁਸੀਂ ਕਰੋ। ਜੇ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਗੁਰੂ ਨਾਨਕ ਸਾਹਿਬ ਦੀ ਪਹਿਲੀ ਪੌੜੀ ਮੂਲ ਮੰਤਰ ਦੀਆਂ ਛੇ ਮਾਲਾ ਅਸੀਂ ਰੋਜ਼ ਕਰਨੀਆਂ। ਜਿਹੜਾ ਮੂਲ ਮੰਤਰ ਅੱਜ ਸੱਚਖੰਡ ਵਿੱਚ ਸਭ ਤੋਂ ਉੱਪਰ ਹੈ, ਸਭ ਤੋਂ ਉੱਤੇ ਮੂਲ ਮੰਤਰ ਲਿਖਿਆ ਹੈ, ਬਾਕੀ ਸਭ ਧਰਮਾਂ ਦੇ ਮੰਤਰ ਥੱਲੇ ਨੇ। ਕਿਉਂਕਿ ਮੂਲ ਮੰਤਰ ਦੇ ਵਿੱਚ ਓਂਕਾਰ ਦਾ ਪ੍ਰਕਾਸ਼ ਹੈ, ਨਿਰੰਕਾਰ ਦਾ ਇੱਕੋ ਹੀ ਕਾਲ ਪੁਰਖ ਦਾ। ਸਭ ਤੋਂ ਉੱਤੇ ਸ਼੍ਰੋਮਣੀ ਮੂਲ ਮੰਤਰ ਹੈ ਸਭ ਥਾਵਾਂ ਤੇ, ਜਿਵੇਂ ਧਰੂ ਸੱਚਖੰਡ ਦੇ ਸਾਹਮਣੇ ਬੈਠਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਨਿਰੰਕਾਰ ਦੇ ਸਰੂਪ ਵਿੱਚ ਸੱਚਖੰਡ ਦੇ ਵਿੱਚ ਬੈਠੇ। ਇਹ ਗੁਰੂ ਨਾਨਕ ਸਾਹਿਬ ਉਹ ਨੇ ਆਪ ਨਰਾਇਣ ਕਲਾ ਧਾਰ ਜਗਮੈ ਪਰਵਾਰੀ। ਸੱਤ ਰਿਸ਼ੀਆਂ ਨੂੰ ਭੇਜਿਆ ਨਿਰੰਕਾਰ ਨੇ ਕਿ ਜਾਓ ਦੁਨੀਆਂ ਨੂੰ ਤਾਰੋ, ਜਿਹੜੇ ਸਭ ਤੋਂ ਸ਼੍ਰੋਮਣੀ ਸੀ, ਸੱਤ ਮਹਾਂਪੁਰਖ ਸੀ, ਸੱਤ ਰਿਸ਼ੀ ਸੀ, ਜਿਨ੍ਹਾਂ ਦੀ ਬਹੁਤ ਬੰਦਗੀ ਸੀ। ਉਹ ਸੰਸਾਰ ਚ ਆਏ ਦੁਨੀਆਂ ਨੂੰ ਤਾਰਨ ਲਈ, ਪਰ ਉਹਨਾਂ ਦੀ ਕਿਸੇ ਸੁਣੀ ਨਾ। ਉਹ ਫਿਰ ਨਿਰੰਕਾਰ ਕੋਲ ਗਏ ਹੈ, ਨਿਰੰਕਾਰ ਪਰਮਾਤਮਾ ਪਰਮੇਸ਼ਰ ਜੀ ਤੁਹਾਨੂੰ ਆਪ ਆਉਣਾ ਪੈਣਾ ਦੁਨੀਆਂ ਚ, ਕਿਸੇ ਦੇਵੀ ਦੇਵਤੇ ਦੀ ਨਹੀਂ ਚੱਲਦੀ। ਦੁਨੀਆਂ ਨੂੰ ਆਪੋ ਧਾਪੀ ਪਈ ਹੋਈ ਹੈ, ਬੜੇ ਧਰਮ ਚੱਲ ਗਏ ਸੰਸਾਰ ਚ, ਹੁਣ ਤੁਹਾਨੂੰ ਆਪ ਕਿਰਪਾ ਕਰਨੀ ਪੈਣੀ। ਤਾਂ ਨਿਰੰਕਾਰ ਨੇ ਆਖਿਆ ਕਿ ਹੁਣ ਸਾਡਾ ਪ੍ਰੋਗਰਾਮ ਬਣ ਗਿਆ ਹੈ, ਅਸੀਂ ਸੰਸਾਰ ਵਿੱਚ ਅਵਤਾਰ ਧਾਰਾਂਗੇ। ਆਖੋ ਸ੍ਰੀ ਇਸੇ ਵਚਨ ਨੂੰ ਰਾਜੇ ਜਨਕ ਦੇ ਕੋਲ ਬੜੇ ਰਿਸ਼ੀ ਮੁਨੀ ਸੀ। ਰਾਜੇ ਜਨਕ ਦੀ ਜਿਹੜੀ ਸਭਾ ਸੀ ਸ਼੍ਰੋਮਣੀ ਮਹਾਂਪੁਰਖਾਂ ਭਗਤਾਂ ਸੰਤਾਂ ਦੀ ਸੀ। ਰਾਜੇ ਜਨਕ ਵਾਲੀ ਮਰਿਆਦਾ ਗੁਰੂ ਨਾਨਕ ਸਾਹਿਬ ਨੇ ਰੱਖੀ ਹੈ, ਇਹ ਸਤਯੁਗ ਵਾਲੀ ਹੈ, ਗ੍ਰਿਸਤ ਦੇ ਵਿੱਚ ਰਾਜ ਭਾਗ ਦੇ ਵਿੱਚ ਨਿਰਲੇਪ। ਉਹ ਰਾਜਾ ਹੁੰਦਿਆਂ ਹੀ ਨਿਰਲੇਪ ਸੀ, ਇੰਨਾ ਸ਼ਕਤੀਸ਼ਾਲੀ ਸੀ ਕਿ ਸੁਖਦੇਵ ਮੁਨੀ ਨੂੰ ਰਾਜੇ ਜਨਕ ਨੂੰ ਗੁਰੂ ਧਾਰਨਾ ਗਿਆ ਤੇ ਰਾਜੇ ਜਨਕ ਦਾ ਗੁਰੂ ਨਹੀਂ ਕੋਈ ਬਣ ਰਿਹਾ ਸੀ। ਫਿਰ ਅਸ਼ਟਾਵਕਰ ਜਿਹਦੇ ਸਰੀਰ ਚ ਅੱਠ ਵਾਲ ਸੀ ਤੇ ਰੱਬ ਦਾ ਰੂਪ ਉਹ ਮਹਾਂਪੁਰਖ ਸੀ, ਉਹ ਫਿਰ ਗੁਰੂ ਬਣਿਆ ਸੀ ਰਾਜੇ ਜਨਕ। ਰਾਜੇ ਜਨਕ ਦੇ ਕੋਲ ਬੜੇ ਬੜੇ ਰਿਸ਼ੀ ਮੁਨੀ ਸੀ, ਤਪੱਸਵੀ। ਇੱਕ ਮੁਨੀ ਸੀ ਉਹ ਬੜੀ ਭਗਤੀ ਕਰਦਾ ਸੀ,
ਬੜੀਆਂ ਸਾਧਨਾ ਸੀ ਉਹਦੀਆਂ। ਉਹਨੇ ਰਾਜੇ ਜਨਕ ਨੂੰ ਬੇਨਤੀ ਕੀਤੀ, ਮਹਾਰਾਜ ਇਹ 18 ਪੁਰਾਣ ਨੇ, ਭਾਗਵਤ ਵੀ ਪੁਰਾਣ ਹੈ, ਸ਼ਿਵ ਪੁਰਾਣ ਹੈ, ਵਿਸ਼ਨੂੰ ਪੁਰਾਣ, ਬਹੁਤ ਪੁਰਾਣ ਨੇ। 18 ਪੁਰਾਣਾਂ ਦੇ ਵਿੱਚ ਇੱਕ ਭਵਿੱਖ ਪੁਰਾਣ, ਭਵਿੱਖ ਪੁਰਾਣ ਵਿੱਚ ਲਿਖਿਆ ਸੀ ਕਿ ਜਿਹੜਾ ਪੂਰਾ ਨਿਰੰਕਾਰ ਸਰਬ ਕਲਾ ਸਮਰੱਥ, ਉਹਨੇ ਦੁਨੀਆ 'ਚ ਇੱਕ ਵਾਰ ਹੀ ਅਵਤਾਰ ਧਾਰਨਾ, ਇੱਕ ਵਾਰ, ਬਾਕੀ ਉਹਦੀਆਂ ਸ਼ਕਤੀਆਂ ਹੋਣਗੀਆਂ। ਜਿਵੇਂ 14 ਕਲਾ ਭਗਵਾਨ ਰਾਮ ਜੀ ਲੈ ਕੇ ਆਏ, 16 ਕਲਾ ਭਗਵਾਨ ਕ੍ਰਿਸ਼ਨ ਜੀ ਲੈ ਕੇ ਆਏ, ਸੰਪੂਰਨ ਨਹੀਂ ਸੀ, ਸੰਪੂਰਨ ਨਿਰੰਕਾਰ ਇੱਕੋ ਵਾਰੀ ਆਏਗਾ। ਬੇਦੀ ਕੁੱਲ ਵਿੱਚ ਅਵਤਾਰ ਧਾਰਨਗੇ, ਸੰਸਕ੍ਰਿਤ ਵਿੱਚ ਲਿਖਿਆ ਗਿਆ, ਸੱਤ ਯੁੱਗ ਤੋਂ ਪਹਿਲੋਂ ਦਾ। ਉਸ ਸਮੇਂ ਜਿਹੜੇ ਹੁੰਦੇ ਸੀ ਲਿਖਣ ਵਾਲੇ ਕਾਗਜ਼, ਉਹ ਦਰਖਤ ਭੋਜ ਹੁੰਦਾ, ਭੋਜ, ਭੋਜ ਦਾ ਪੱਤਰਾਂ ਈ ਛਿਲਕਾ ਲਾਓ ਤੇ ਉਹ ਕਾਗਜ਼ ਵਾਂਗੂ ਲਹਿੰਦਾ ਆਉਂਦਾ, ਉਹਨੂੰ ਗੋਲ ਕਰ ਲਓ, ਕਾਗਜ਼ ਵਾਂਗੂ ਗੋਲ ਹੋ ਜਾਂਦਾ। ਉਹਨਾਂ ਉੱਤੇ ਬਾਣੀ ਲਿਖੀ ਜਾਂਦੀ ਸੀ, ਭਵਿੱਖ ਪੁਰਾਣ ਭੋਜ ਪੱਤਰ ਤੇ ਲਿਖਿਆ ਹੋਇਆ ਸੀ, ਭੋਜ ਪੱਤਰ ਤੇ ਉਹਦਾ ਛਿਲਕਾ ਕਾਗਜ਼ ਵਾਂਗੂ ਉਤਰਦਾ ਹੈ। ਭੋਜ ਪੱਤਰ ਤੇ ਬਾਬੇ ਮਹਾਰਨਾਮ ਸਿੰਘ ਦੇ ਵੀ ਲਿਖੇ ਹੋਏ ਉੱਚੋ ਪਏ ਨੇ, ਉਦੋਂ ਕਾਗਜ਼ ਨਹੀਂ ਹੁੰਦਾ ਸੀ, ਜਿਹੜੇ ਰੁਕੇ ਵੀ ਰਾਜੇ ਮਹਾਰਾਜੇ ਲਿਖਦੇ ਸੀ ਲੰਬੇ ਹੁੰਦੇ ਸੀ, ਗੋਲ ਕਰਕੇ ਮਰਾਸਲਾ ਬਣਾ ਕੇ ਭੇਜੇ ਜਾਂਦੇ ਸੀ, ਪੈਪ ਵਿੱਚ ਪਾ ਕੇ ਸੀਲ ਬੰਦ ਲਾ ਕੇ। ਜਦੋਂ ਪੜ੍ਹਿਆ ਰਿਸ਼ੀ ਨੇ ਕਿ ਆਪ ਨਿਰੰਕਾਰ ਨੇ ਆਉਣਾ ਧਰਤੀ ਤੇ, ਰਿਸ਼ੀ ਕਹਿੰਦਾ ਰਾਜਾ ਜਨਕ ਨੂੰ ਚਰਨ ਫੜ ਕੇ ਕਿ ਮਹਾਰਾਜ ਜੀ ਮੈਂ ਇਹਨਾਂ ਅੱਖਾਂ ਨਾਲ ਦਰਸ਼ਨ ਕਰਨੇ। ਰਾਜਾ ਜਨਕ ਕਹਿੰਦਾ ਵੀ ਹੁਣ ਤਾਂ ਸਤਿਯੁਗ ਹੈ, ਲੱਖਾਂ ਸਾਲ ਦੀ ਉਮਰ ਹੈ, ਫਿਰ ਆਉਣਾ ਹੈ ਤ੍ਰੇਤਾ ਯੁੱਗ, ਫਿਰ ਆਉਣਾ ਹੈ ਦੁਆਪਰ ਯੁੱਗ, ਫਿਰ ਆਏਗਾ ਕਲਯੁੱਗ, ਤੇ ਕਲਯੁੱਗ ਵੀ ਜਦੋਂ ਬਹੁਤ ਪਾਪ ਸਿਰੇ ਲੱਗ ਜਾਣਗੇ ਉਸ ਸਮੇਂ ਬਾਬਾ ਨਾਨਕ ਅਵਤਾਰ ਧਾਰੇਗਾ ਬੇਦੀਆਂ ਦੀ ਕੁੱਲ ਵਿੱਚ। ਆਪ ਵਸ਼ਿਸ਼ਠ ਜੀ ਰਾਜਾ ਰਾਮ ਚੰਦਰ ਜੀ ਦੇ ਗੁਰੂ ਸੀ, ਸੰਦੀਪਨ ਜੀ ਭਗਵਾਨ ਕ੍ਰਿਸ਼ਨ ਦੇ ਗੁਰੂ ਸੀ। ਕਹਿੰਦੇ ਜਦੋਂ ਨਿਰੰਕਾਰ ਆਏਗਾ ਉਹ ਗੁਰੂ, ਉਹ ਗੁਰੂ ਨਹੀਂ ਧਾਰਨ ਕਰੇਗਾ, ਉਹ ਖੁਦ ਹੀ ਨਿਰੰਕਾਰ ਸਭ ਸਮਰੱਥ ਹੋਏਗਾ। ਬਾਬੇ ਨਾਨਕ ਦਾ ਕੋਈ ਗੁਰੂ ਨਹੀਂ ਸੀ। ਸਿੱਧਾਂ ਨੂੰ ਪੁੱਛਿਆ ਜੀ ਹਰ ਆਦਮੀ ਦਾ ਗੁਰੂ ਹੁੰਦਾ, ਤੁਹਾਡਾ ਗੁਰੂ ਕਿਹੜਾ? ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਅੰਪਰਮ ਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ, ਕਿਉਂਕਿ ਆਪ ਸਨ ਨਿਰੰਕਾਰ। ਕਹਿੰਦੇ ਮੇਰਾ ਉਹ ਹੀ ਗੁਰੂ। ਹਰ ਬਾਪ ਬਾਪ ਨਹੀਂ, ਜੇ ਬਾਪ ਵੀ ਇਹ ਕਿਸੇ ਦਾ ਪੁੱਤਰ ਹੈ। ਹਰ ਗੁਰੂ ਗੁਰੂ ਨਹੀਂ, ਜੇ ਗੁਰੂ ਵੀ ਇਹ ਕਿਸੇ ਦਾ ਚੇਲਾ ਹੈ। ਕੇਵਲ ਤੇ ਕੇਵਲ ਗੁਰੂ ਨਾਨਕ ਹੀ ਗੁਰੂ ਹੋਏ ਆ ਨਿਰੰਕਾਰ, ਜਿਨ੍ਹਾਂ ਦਾ ਗੁਰੂ ਨਹੀਂ ਸੀ, ਆਪ ਖੁਦ ਹੀ ਸਭ ਕੁਛ ਸੀ। ਗੁਰੂ ਨਾਨਕ ਸਾਹਿਬ ਤੋਂ ਆਪਾਂ ਪਹਿਲੋਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਆਤਮਾ ਦੀ ਸ਼ਕਤੀ ਨੂੰ ਸਿਮਰਦੇ ਹਾਂ, ਫਿਰ ਗੁਰੂ ਨਾਨਕ। ਉਹ ਰਿਸ਼ੀ ਕਹਿੰਦਾ ਮੈਂ ਦਰਸ਼ਨ ਕਰਨੇ। ਰਾਜਾ ਜਨ ਕਹਿੰਦਾ ਵੀ ਚਾਰ ਯੁੱਗ ਤੂੰ ਸਮਾਂ ਕਿਵੇਂ ਬੈਠਾ ਰਹੇਗਾ? ਕਹਿੰਦੀ ਇਹ ਸਰੀਰ, ਉਹਨੇ ਸਾਰੇ ਸਾਧਨਾ ਸਿੱਖੀਆਂ ਸੀ। ਰਿਸ਼ੀ ਮੁਨੀ ਬੰਦੇ ਨੂੰ ਸਵਾਸ ਮਿਲਦੇ ਆ ਗਿਣਤੀ ਦੇ, ਜਿਹੜਾ ਜ਼ਿਆਦਾ ਮਾੜੇ ਕਰਮ ਭੋਗਦਾ ਜਾਂ ਉਹਦੇ ਸਵਾਸ ਤੇਜ਼ ਚੱਲਦੇ ਆ,
ਮਾਂ ਪੁਰਸ਼ਾਂ ਦੇ ਹੌਲੀ ਚੱਲਦੇ ਆ, ਉਮਰਾਂ ਵੱਧ ਵੀ ਭੋਗ ਲੈਂਦੀਆਂ, ਸਵਾਸ ਮਿਲੇ ਹੁੰਦੇ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਨਾ ਇੱਕ ਹੋਰ ਕਲਯੁਗ ਵਿੱਚ ਆਪ ਨਿਰੰਕਾਰ ਨੇ ਠਾਕੁਰ ਸ੍ਰੀ ਦਰਸ਼ਨ ਕਰਨੇ। ਰਿਸ਼ੀ ਕਹਿੰਦਾ ਜੀ ਮੈਂ ਸਾਧਨਾ ਕੀਤੀ ਹੋਈ ਹੈ, ਇੱਕ ਸਵਾਸ ਨਾਲ ਕਈ ਕਈ ਸਾਲ ਕੱਢ ਲਾਂਗਾ, ਫਿਰ ਦੂਜਾ ਸਵਾਸ ਲਾਂਗਾ, ਫਿਰ ਤੀਜਾ, ਪਰ ਮੈਂ ਦਰਸ਼ਨ ਇਹਨਾਂ ਅੱਖਾਂ ਨਾਲ ਕਰਨੇ। ਰਾਜੇ ਜਨਕ ਨੇ ਕਿਹਾ ਫਿਰ ਤੂੰ ਸਮਾਧੀ ਲਾ ਲਾ। ਰਾਜੇ ਜਨਕ ਦਾ ਰਾਜ ਇੱਥੇ ਅਠੂਰ ਵੀ ਮੰਨਿਆ ਜਾਂਦਾ ਹੈ, ਜਨੇਰ ਵੀ ਜਿੱਥੇ ਥੇ ਹੋਏ ਪਿੰਡ ਵੀ ਇੱਥੇ ਰਾਜਾ ਜਨਕ ਦਾ ਰਾਜ ਸੀ। ਰਾਜੇ ਜਨਕ ਅਜੇ ਵੀ ਉੱਥੋਂ ਮੂਰਤੀਆਂ ਨਿਕਲਦੀਆਂ, ਕਈ ਚੀਜ਼ਾਂ ਨਿਕਲਦੀਆਂ, ਇਹ ਸਭ ਥੇ ਹੋ ਗਿਆ ਸੀ ਰਾਜੇ ਜਨਕ ਤੋਂ ਬਾਅਦ। ਉਹਨੇ ਕਿਹਾ ਸੀ ਹੁਣ ਕੋਈ ਇੱਥੇ ਪਾਪੀ ਗੁਣਾ ਹੀ ਨਹੀਂ ਆਏਗਾ, ਇਹਦੇ ਵਿੱਚ ਧਰਮ ਹੀ ਧਰਮ ਹੋਇਆ। ਇਹ ਜਿਹੜੇ ਮਹਿਲ ਮੰਦਰ ਸਾਰੇ ਉਸ ਸਮੇਂ ਬਣੇ ਸੀ ਤਰ੍ਹਾਂ ਤਰ੍ਹਾਂ ਦੀ ਮਿੱਟੀ ਦੇ ਹੁੰਦੇ ਸੀ, ਇਹ ਥੇ ਹੋ ਜਾਣਗੇ। ਇਹ ਦੋਨੋਂ ਜਗ੍ਹਾ ਥੇ ਹੋ ਗਈਆਂ ਸੀ, ਹਠੂਰ ਵਾਲੀ ਤੇ ਜਨੇਰ ਵਾਲੀ। ਇਹ ਰਿਸ਼ੀ ਨੇ ਵਰ ਲੈ ਕੇ ਫਿਰ ਰਾਵੀ ਦੀ ਕੰਢੇ ਤੇ ਮੱਠ ਬਣਾਇਆ, ਮੱਠ ਵਿੱਚ ਬੈਠਾ। ਫਿਰ ਧਰਤੀ ਜਿਹੜੀ ਵੱਧਦੀ ਹੈ ਤੂਫਾਨਾਂ ਨਾਲ, ਹੜਾਂ ਦੇ ਨਾਲ, ਉਸ ਰਿਸ਼ੀ ਤੇ 15 ਫੁੱਟ ਮਿੱਟੀ ਚੜ ਗਈ ਸੀ, 15-18-20 ਫੁੱਟ ਉਹ ਥੱਲੇ ਉਸ ਸਮੇਂ ਰਾਵੀ ਵਹਿੰਦੀ ਸੀ। ਇੱਥੇ 20 ਫੁੱਟ ਥੱਲੇ ਰਿਸ਼ੀ ਦਾ ਮੱਟ ਸੀ, ਉੱਤੇ ਮਿੱਟੀ ਪੈਂਦੀ ਗਈ, ਸਮਾਧੀ ਲੱਗੀ ਸੀ। ਹੁਣ ਕਿਸੇ ਨੂੰ ਕੀ ਪਤਾ ਇਹ ਰਿਸ਼ੀ ਦੀ ਜਦੋਂ ਸਮਾਧੀ ਖੁੱਲਦੀ ਹੈ ਤੇ ਅਰਦਾਸ ਕਰਦਾ ਨਿਰੰਕਾਰ ਵੀ ਮੈਨੂੰ ਨੀ ਪਤਾ ਕਿਹੜਾ ਯੁੱਗ ਹੈ, ਮੈਂ ਧਰਤੀ ਚ ਕਿੰਨਾ ਕੁ ਦੱਬਿਆ ਗਿਆ, ਮੇਰੇ ਚ ਬਣ ਨੀ ਨਿਕਲਦਾ। ਹੁਣ ਗੁਰੂ ਨਾਨਕ ਸਾਹਿਬ ਨਿਰੰਕਾਰ ਮੈਨੂੰ ਦਰਸ਼ਨ ਦਿਓ ਆਪ ਧਰਤੀ ਚੋਂ ਕੱਢ ਕੇ। ਆਖੋ ਸ੍ਰੀ ਇਹ ਮੈਂ ਤੁਹਾਨੂੰ ਤਾਂ ਸੁਣਾ ਰਿਹਾ ਕਿ ਗੁਰੂ ਨਾਨਕ ਦੇਵ ਜੀ ਜਿਹੜੇ ਸੀ ਇਹ ਆਪ ਰੱਬ ਸੀ, ਨਾ ਪਹਿਲੋ ਅਵਤਾਰ ਧਾਰਿਆ ਨਾ ਬਾਅਦ ਵਿੱਚ। ਬਾਅਦ ਵਿੱਚ ਇਹ ਸਾਰੇ ਮਹਾਂਪੁਰਸ਼ ਉਹਨਾਂ ਦਾ ਰੂਪ ਹੋਇਆ। ਦੱਸ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ ਨੇ, ਦੂਜੇ ਪਾਤਸ਼ਾਹ ਗੁਰੂ ਨਾਨਕ ਹੀ, ਇਹ ਤੀਜੇ ਵੀ ਗੁਰੂ ਨਾਨਕ ਹੈ, ਚੌਥੇ ਵੀ ਗੁਰੂ ਨਾਨਕ ਹੈ, ਪੰਜਵੇਂ ਵੀ ਗੁਰੂ ਨਾਨਕ। ਗੁਰੂ ਨਾਨਕ ਦੇਵ ਜੀ ਨੇ ਬਾਲੇ ਮਰਦਾਨੇ ਦੇ ਨਾਲ ਉੱਥੇ ਕੀਰਤਨ ਕੀਤਾ, ਰਿਸ਼ੀ ਥੱਲੇ ਦੱਬਿਆ ਹੋਇਆ ਸੀ। ਦੂਜੇ ਪਾਤਸ਼ਾਹ ਨੇ ਵੀ ਉੱਥੇ ਕਿਰਪਾ ਕੀਤੀ, ਪਰ ਰਿਸ਼ੀ ਥੱਲੇ ਦੱਬਿਆ ਹੋਇਆ ਸੀ। ਤੀਜਿਆਂ ਨੇ ਵੀ ਕੀਤੀ, ਚੌਥੇ ਵੀ ਉੱਥੇ ਰਹੇ, ਪੰਜਵੇਂ ਜਾਮੇ ਵਿੱਚ ਸਰੋਵਰ ਬਣ ਗਿਆ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਰੋਵਰ ਪੱਟੋ ਇਸ ਜਗ੍ਹਾ ਤੇ। ਆਖੋ ਸੀ ਇੱਥੇ ਬਹੁਤ ਵੱਡਾ ਖਜ਼ਾਨਾ ਹੈ, ਬੜੀ ਵੱਡੀ ਸ਼ਕਤੀ ਹੈ। ਸਾਰੀਆਂ ਸੰਗਤਾਂ ਪੜ੍ਹਦੀਆਂ ਰਹੀਆਂ, ਮਿੱਟੀ ਪੜ੍ਹਦੀਆਂ ਰਹੀਆਂ, ਗੁਰੂ ਅਰਜਨ ਦੇਵ ਜੀ ਕਹਿੰਦੇ ਹੋਰ ਪੱਟੋ। ਪੜ੍ਹਦਿਆਂ ਪੜ੍ਹਦਿਆਂ ਫਿਰ ਵਿੱਚ ਇੱਕ ਮੱਠ ਨਿਕਲਿਆ, ਮੱਠ ਦੇ ਵਿੱਚ ਇੱਕ ਰਿਸ਼ੀ ਨਿਕਲਿਆ ਸੀ। ਸਰੀਰ ਦੇ ਪ੍ਰਾਣ ਚੱਲਦੇ ਪਰ ਹੱਡਾਂ ਦਾ ਸਰੀਰ, ਉਹਨੇ ਪੁੱਛਿਆ ਵੀ ਯੁੱਗ ਕਾਲ ਯੁੱਗ। ਗੁਰੂ ਅਰਜਨ ਦੇਵ ਜੀ ਸਿੱਖਾਂ ਨੇ ਦੱਸਿਆ, ਉਹਨੇ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਨੂੰ ਸਿੱਖਾਂ ਨੂੰ ਦੱਸਿਆ ਜੀ ਮਹਾਰਾਜ ਜੀ 15-20 ਫੁੱਟ ਥੱਲਿਓ ਇੱਕ ਰਿਸ਼ੀ ਨਿਕਲਿਆ, ਕਹਿੰਦੇ ਇਹਦੇ ਕਰਕੇ ਹੀ ਸਰੋਵਰ ਪੱਟਿਆ, ਇਹ ਅਰਦਾਸਾਂ ਕਰ ਰਿਹਾ ਸੀ।
ਫਿਰ ਉਹ ਸਰੋਵਰ ਰਿਸ਼ੀ ਨੂੰ ਗੁਰੂ ਅਰਜਨ ਦੇਵ ਜੀ ਕੋਲ ਲਿਆਏ। ਉਹ ਰਿਸ਼ੀ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਢੇਰੀ ਡਿੱਗ ਪਿਆ। ਮਹਾਰਾਜ ਕਹਿੰਦੇ ਰਿਸ਼ੀ ਜੀ ਸਾਡੇ ਚਰਨ ਛੱਡੋ। ਰਿਸ਼ੀ ਕਹਿੰਦਾ ਜੀ ਇਹਨਾਂ ਚਰਨਾਂ ਵਾਸਤੇ ਮੈਂ ਇਹ ਦਰਸ਼ਨਾਂ ਵਾਸਤੇ ਚਰਨਾਂ ਵਾਸਤੇ ਚਾਰ ਯੁੱਗ ਤਪ ਕੀਤਾ, ਚਾਰ ਯੁੱਗ, ਹੁਣ ਮੈਨੂੰ ਚਰਨ ਨਾ ਛਡਾਓ। ਆਖੋ ਸ੍ਰੀ ਕਹਿਣ ਲੱਗੇ ਹੁਣ ਰਿਸ਼ੀ ਜੀ ਤੁਹਾਡਾ ਸਮਾਂ ਹੋ ਗਿਆ ਹੈ, ਇਹ ਸਰੀਰ ਦਾ ਅੰਤ ਹੋਣਾ ਹੈ ਤੇ ਤੁਹਾਡਾ ਨਿਵਾਸ ਹਮੇਸ਼ਾ ਹੀ ਇੱਥੇ ਰਹੇਗਾ ਸਰੋਵਰ ਦੇ ਵਿੱਚ। ਇਹ ਥਾਂ ਤੁਹਾਡਾ ਹੈ। ਰਿਸ਼ੀ ਦੇ ਨਾਂ ਤੇ ਸੰਤੋਸ਼ ਰਿਸ਼ੀ ਸੀ, ਉਹਦਾ ਨਾਂ ਸੰਤੋਖ ਸਰ ਬਣਾਇਆ ਕਿ ਜਿਹਨੇ ਚਾਰ ਯੁੱਗ ਸੰਤੋਖ ਕਰਕੇ ਭਗਤੀ ਕੀਤੀ। ਪਤਾ ਨਾ ਉੱਥੇ ਜਾ ਕੇ ਪੜ੍ਹ ਦੋ ਬੋਰਡ ਲੱਗਿਆ ਹੋਇਆ ਕਿ ਇੱਥੋਂ ਇੱਕ ਰਿਸ਼ੀ ਨਿਕਲਿਆ ਸੀ 15-20 ਫੁੱਟ ਧਰਤੀ ਦੇ ਵਿੱਚ, ਜਦੋਂ ਸਰੋਵਰ ਚਲਾ ਗਿਆ ਸੀ 20 ਫੁੱਟ ਉਹਦੇ ਤੇ ਮਿੱਟੀ ਚੜੀ ਤੇ ਕਦੋਂ ਦਾ ਬੈਠਾ ਸੀ, ਕਿੰਨੀ ਦੁਨੀਆ ਬਦਲ ਗਈ ਸੀ, ਕਿੰਨੇ ਯੁੱਗ ਬਦਲ ਗਏ ਸੀ, ਤੇ ਕੇਵਲ ਗੁਰੂ ਦੇ ਦਰਸ਼ਨ ਕਰਨ ਵਾਸਤੇ, ਇਕੱਲੇ ਦਰਸ਼ਨ। ਇੰਨੇ ਵੱਡੇ ਦਰਸ਼ਨ ਗਿਣੇ ਆ, ਕਹਿੰਦੇ ਛੋਟੇ ਨਹੀਂ ਦਰਸ਼ਨ ਹੁੰਦੇ, ਦਰਸ਼ਨ ਇੰਨੇ ਵੱਡੇ ਹੁੰਦੇ ਆ ਜੇ ਕਰ ਲਓ, ਕਹਿੰਦੇ ਸਾਰੇ ਪਾਪ ਦਰਸ਼ਨ ਕੀਤੇ ਹੀ ਬਖਸ਼ੇ ਜਾਂਦੇ ਆ। ਗੁਣਾ ਤਿਸਕੇ ਸਗਲ ਆਪੂ ਤੇਰੇ ਜਨ ਦੇਖੇ ਦਿੱਤਾ, ਕਹਿੰਦੇ ਜਿੰਨੇ ਪਾਪ ਕੀਤੇ ਸੀ ਨਾ ਦਰਸ਼ਨ ਕਰਦਿਆਂ ਸਾਰੇ ਪਾਪ ਸਾਰੇ ਕੱਟੇ ਗਏ। ਜਿੱਡੀ ਭਾਵਨਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ ਧਰਤੀ ਤੇ ਆਏ, 10 ਜਾਮੇ ਗੁਰੂ ਨਾਨਕ ਸਾਹਿਬ ਹੀ ਬੈਠੇ ਆ, ਕਿਉਂਕਿ ਸਰੀਰ ਦੀ ਮਰਿਆਦਾ ਸੀ 70 ਸਾਲ, 80 ਸਾਲ, 90 ਸਾਲ, 100 ਸਾਲ, ਉਹ ਪੂਰੀ ਕਰਨੀ ਸੀ, ਫਿਰ ਦੂਜੇ ਚ ਬਹਿ ਜਾਂਦੇ ਸੀ ਗੁਰੂ। ਲਹਿਣੇ ਦੇ ਅੰਦਰ ਬੈਠ ਕੇ, ਗੁਰੂ ਅਮਰਦਾਸ ਦੇ ਅੰਦਰ ਬੈਠ ਕੇ, ਫਿਰ ਗੁਰੂ ਰਾਮਦਾਸ ਦੇ, ਫਿਰ ਗੁਰੂ ਅਰਜਨ ਦੇਵ ਜੀ। ਰਿਸ਼ੀ ਨੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਨਾਨਕ ਦੇ, ਜਿਹੜੇ ਕਰਨ ਵਾਸਤੇ ਚਾਰ ਯੁੱਗ ਦੀ ਸਮਾਧੀ ਲਾਈ ਸੀ ਦਰਸ਼ਨਾਂ ਵਾਸਤੇ। ਦਰਸ਼ਨ ਕੋਈ ਛੋਟੀ ਚੀਜ਼ ਨਹੀਂ, ਜੇ ਹੋ ਜਾਣ ਤੇ ਭਾਗ ਵੱਡੇ। ਅੱਜ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ, ਪ੍ਰਗਟ ਗੁਰਾਂ ਦੀ ਦੇਹ ਗੁਰੂ ਨਾਨਕ ਸਾਹਿਬ ਹੈ, ਸਾਧ ਸੰਗਤ ਸਾਰੀ ਗੁਰੂ ਦਾ ਰੂਪ ਹੈ, ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ। ਇਹ ਦਰਸ਼ਨ ਕੋਈ ਛੋਟੇ ਦਰਸ਼ਨ ਨਹੀਂ, ਇਹਦੇ ਚ ਬੰਦਾ ਉਜਲਾ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਕਰਮ ਜਿਹੜੇ ਨੇ ਉਹ ਕਰਮ ਬਦਲ ਜਾਂਦੇ ਆ, ਕਿਰਪਾ ਹੋ ਜਾਂਦੀ। ਤਾਂ ਨਿਰੰਕਾਰ ਨੇ ਕਿਹਾ ਵੀ ਅਸੀਂ ਆਵਾਂਗੇ। ਇਹ ਰਿਸ਼ੀ ਵਾਪਸ ਚਲੇ ਗਏ ਤਪ ਕਰਕੇ। ਜਦੋਂ ਸੁਣੀ ਨਾ ਪੁਕਾਰ ਕਿਸੇ ਦੇਵਤੇ, ਤਾਹੀ ਆਉਣਾ ਬਾਬੇ ਨੂੰ ਪਿਆ ਸਾਰੀ ਮੂੰਹ ਵੱਟ ਕੇ ਵੀ ਸਾਡਾ ਨੀ ਹੁਣ ਜ਼ੋਰ, ਦੁਨੀਆ ਮਰਜ਼ੀਆਂ ਕਰਨ ਲੱਗ ਪਈ। ਅੱਜ ਵੀ ਬਹੁਤ ਧਰਮਾਂ ਦੇ ਲੋਕ ਮਨਮੱਥਾ ਕਰਦੇ, ਉਹ ਪੂਜਦੇ ਜ਼ਰੂਰ ਨੇ ਪਰ ਖੁਦਾ ਉਹਨਾਂ ਦੇ ਨਾਲ ਨਹੀਂ, ਉਹ ਭਗਵਾਨ ਨੂੰ ਪੂਜਦੇ ਜ਼ਰੂਰ ਨੇ ਪਰ ਭਗਵਾਨ ਉਹਨਾਂ ਦੇ ਨਾਲ ਨਹੀਂ, ਉਹ ਕਰਮ ਕਾਂਡ ਹੀ ਬਣੇ ਹੋਏ ਆ, ਭਗਵਾਨ ਨੂੰ ਨਹੀਂ ਪੂਜਦੇ। ਕੋਈ ਪਾਣੀਆਂ ਨੂੰ, ਕੋਈ ਪੱਥਰਾਂ ਨੂੰ, ਕੋਈ ਪਸ਼ੂਆਂ ਨੂੰ, ਕੋਈ ਪੰਛੀਆਂ ਨੂੰ, ਇਹ ਕੋਈ ਗੱਲ ਥੋੜ੍ਹਾ। ਐਸੇ ਐਸੇ ਭਗਵਾਨ ਬਣਾਏ, ਭਗਵਾਨ ਕਿਸੇ ਉਹ ਨਿਰੰਕਾਰ ਅਕਾਲ ਪੁਰਖ ਨੇ। ਤ੍ਰੇਤੇ ਯੁੱਗ ਵਿੱਚ ਰਾਮ ਜੀ ਭਗਵਾਨ ਹੋਏ, ਦੁਆਪਰ ਚ ਕ੍ਰਿਸ਼ਨ ਭਗਵਾਨ ਜੀ ਹੋਏ ਨੇ, ਪਰ ਹਿੰਦੂ ਧਰਮ ਨੇ ਤਾਂ ਪਤਾ ਹੀ ਨਹੀਂ ਭਗਵਾਨ ਕਿੰਨੇ ਕੁ ਬਣਾ ਲਏ।
ਹੁਣ ਗਣਪਤੀ ਦੇ ਜ਼ੋਰ ਲੱਗਿਆ ਹੋਇਆ ਸਾਰੇ ਭੇਡ ਚਾਲ ਬਣੀ ਪਹਿਲੋਂ ਕੋਈ ਕਰਦਾ ਹੀ ਨਹੀਂ ਸੀ ਅੱਜ ਬਿਠਾਓ ਜੀ ਗਣਪਤੀ ਨੂੰ ਗਣੇਸ਼ ਨੂੰ ਮਾਇਆ ਆਉਂਦੀ ਘਰ ਵਿੱਚ ਆਪਾਂ ਨਹੀਂ ਕਰਨਾ ਜਿਹੜਾ ਸਿੱਖ ਹੋ ਕੇ ਕਿਸੇ ਦੇਵੀ ਦੇਵਤੇ ਦੀ ਪੂਜਾ ਕਰੇਗਾ ਨਾ ਉਹਨੂੰ ਕੋਈ ਸੁੱਖ ਨਹੀਂ ਮਿਲੇਗਾ ਦੇਖਣਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਕਹਿੰਦੇ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇੜੀ ਮੈਂ ਨਹੀਂ ਵੇਖਿਆ ਕਿਸੇ ਵੱਲ ਅੱਖ ਪੱਟ ਕੇ ਇੱਧਰ ਕੋਈ ਬੈਠਾ ਹੈ ਆ ਵੀ ਕੋਈ ਦੇਵਤਾ ਹੈਗਾ ਆ ਵੀ ਕੋਈ ਖੁਦਾ ਹੈਗਾ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੀ ਅੱਖ ਵਿੱਚ ਕੋਈ ਆਇਆ ਹੀ ਨਹੀਂ ਤੇਰੇ ਤੋਂ ਬਗੈਰ ਪਰਮਾਤਮਾ ਬਸ ਏਡੀ ਭਾਵਨਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਦਸਾਂ ਗੁਰੂਆਂ ਦੇ ਗੁਰੂ ਮਹਾਂਪੁਰਸ਼ਾਂ ਤੋਂ ਬਗੈਰ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਣਾ ਗੁਰੂ ਨਾਨਕ ਪਾਤਸ਼ਾਹ ਹੀ ਨੇ ਸਭ ਪਾਸਾ ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੋਈ ਮੇਰੀ ਅੱਖ ਵਿੱਚ ਨਹੀਂ ਆਇਆ ਮੈਂ ਕਿਸੇ ਮੜੀ ਨੂੰ ਮੱਥਾ ਟੇਕਾਂ ਕਿਸੇ ਮੰਦਰ ਨੂੰ ਕਿਸੇ ਮੰਦਰ ਵਿੱਚ ਕਿਸੇ ਦੇਵਤੇ ਨੂੰ ਜੋ ਪਾਥਰ ਕੋ ਕਹਿਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ ਆਪਣੇ ਗੁਰੂ ਸਾਹਿਬ ਕਹਿੰਦੇ ਜਿਹੜੇ ਪੱਥਰਾਂ ਨੂੰ ਕਹਿੰਦੇ ਆ ਨਾ ਵੀ ਇਹ ਦੇਵਤਾ ਹੈ ਉਹਦੀ ਤਾਂ ਸੇਵਾ ਹੀ ਖਾਲੀ ਹੈ ਇਹ ਪੱਥਰ ਇਹ ਮੜੀਆਂ ਇਹ ਮੂਰਤੀਆਂ ਕੋਈ ਰੱਬ ਥੋੜਾ ਜੋ ਪਾਥਰ ਕੋ ਕਹਤੇ ਦੇ ਤਾਂ ਕਿ ਬਿਰਥਾ ਹੋਵੇ ਸੇਵਾ ਉਹਦੀ ਸੇਵਾ ਬਿਰਥੀ ਐਵੇਂ ਪੱਥਰ ਹੀ ਪੂਜੇ ਪੱਥਰਾਂ ਨਾਲ ਟੱਕਰਾਂ ਮਾਰੀਆਂ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾ ਜਿਹੜੇ ਪਾਥਰ ਪੱਥਰ ਦੇ ਪੈਰਾਂ ਚ ਪੈਣਗੇ ਉਹਦੇ ਪੈਰੀ ਪਿਆ ਐਵੇਂ ਹੀ ਇਹ ਕੌਣ ਕਹਿ ਰਹੇ ਨੇ ਮਹੱਲਾ ਪੰਜਵਾਂ ਪੰਜਵੇਂ ਗੁਰੂ ਅਰਜਨ ਦੇਵ ਜੀ ਸਾਡੇ ਰੱਬ ਕਹਿ ਰਹੇ ਨੇ ਫਿਰ ਅਸੀਂ ਪੱਥਰਾਂ ਦੀ ਮੂਰਤੀਆਂ ਨੂੰ ਕੋਈ ਗਣਪਤੀ ਨੂੰ ਕੋਈ ਸ਼ਿਵ ਨੂੰ ਕੋਈ ਬ੍ਰਹਮਾ ਦੀਆਂ ਮੂਰਤੀਆਂ ਕੋਈ ਇੱਧਰ ਉੱਧਰ ਰੱਖੇ ਕਿਉਂ ਰੱਖਾਂਗੇ ਮੂਰਤੀਆਂ ਠਾਕੁਰ ਹਮਾਰਾ ਸਦ ਬੋਲਾਤਾ ਮੇਰਾ ਠਾਕੁਰ ਸਦਾ ਬੋਲਦਾ ਹੈ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਹੁਣ ਵੀ ਹੁਕਮਨਾਮਾ ਸੁਣਾਉਣਗੇ ਇੱਕ ਇੱਕ ਅੱਖਰ ਗੁਰੂ ਦਾ ਸਾਡੇ ਤੇ ਵਰਤੇਗਾ ਸਾਡਾ ਠਾਕੁਰ ਅੱਜ ਵੀ ਬੋਲਦਾ ਹੈ ਸਰਬ ਜੀਆਂ ਕੋ ਪ੍ਰਭ ਦਾਨ ਦਿੱਤਾ ਸਾਰਿਆਂ ਜੀਵਾਂ ਨੂੰ ਦਾਨ ਦਿੰਦੇ ਆ ਗੁਰੂ ਸਾਹਿਬ ਕਿੰਨੂ ਨਹੀਂ ਦਿੰਦੇ ਕਿੰਦੀ ਵੀ ਝੋਲੀ ਪਾਲਦੇ ਜਿਹੜਾ ਮਰਜ਼ੀ ਆਣ ਕੇ ਮੰਗੇ ਇਹਨਾਂ ਦੇ ਚਾਰੇ ਦਰਵਾਜ਼ੇ ਖੁੱਲੇ ਹੋਏ ਆ ਅੰਤਰ ਦੇਹੁ ਨਾ ਜਾਣੈ ਅੰਧ ਪ੍ਰਮ ਕਾ ਮੋਹਿਆ ਪਾਵੇ ਫੰਦ ਅੰਦਰ ਦੇਵਤੇ ਨੂੰ ਰਾਹ ਦਾਏ ਤੇ ਅੰਨਾ ਜਾਣਦਾ ਨਹੀਂ ਇਹ ਕੋਈ ਦੇਣ ਵਾਲਾ ਇਹ ਦੇਗਾ ਕੋਈ ਜਿਹੜਾ ਆਪ ਪੱਥਰ ਹੈ ਉਹ ਦੇਵੇਗਾ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਚ ਮੋਦੀ ਖਾਨੇ 13-13 ਤੋਲਦੇ ਸੀ ਇੱਕ ਭਗੀਰਥ ਨਾਮੀ ਭਗਤ ਉਹ ਠਾਕਰਾਂ ਦੀ ਪੂਜਾ ਕਰਦਾ ਸੀ ਮਲਸੀਆਂ ਚ ਉਹਨੇ ਕਿਹਾ ਸੀ ਮੈਨੂੰ ਭਗਵਾਨ ਚਾਹੀਦਾ ਹੈ ਮਹਾਂਪੁਰਸ਼ਾਂ ਨੇ ਇੱਕ ਪੱਥਰ ਦੇਤਾ ਕਾਲਾ ਪੱਥਰ ਵੀ ਆ ਭਗਵਾਨ ਇਹਨੂੰ ਇਸ਼ਨਾਨ ਕਰਾਈ ਤਿਲਕ ਜੜਾਈ ਧੂਪ ਧੁਆਈ ਬਸਤਰ ਪਹਿਨਾਈ ਭੋਗ ਲਵਾਈ ਸਾਰੇ ਕਰਮ ਦੱਸਦੇ ਭਗੀਰਥ ਬੜੀ ਭਾਵਨਾ ਨਾਲ ਕਰਦਾ ਰਿਹਾ ਭਗਵਾਨ ਸਮਝ ਕੇ ਕਹਿ ਭਗਵਾਨ ਤੁਸੀਂ ਬੋਲਦੇ ਨੀ ਬੋਲੋ ਉਹ ਪੱਥਰ ਕਿੱਥੋਂ ਬੋਲੇ ਇੱਕ ਦਿਨ ਆਵਾਜ਼ ਆਈ ਜੇ ਭਗਵਾਨ ਨੂੰ ਮਿਲਣਾ ਹੀ ਭਗੀਰਥਾ ਉਹ ਤਾਂ ਸੁਲਤਾਨਪੁਰ ਮੋਦੀ ਖਾਨੇ ਬੈਠੇ ਹੋਏ ਆ ਆਪ ਰੱਬ ਆਖੋ ਸੀ ਪਰ ਉਹਨਾਂ ਨੂੰ ਕੋਈ ਪਛਾਣ ਨਹੀਂ ਰਿਹਾ ਜੇ ਤੂੰ ਪੁੱਛੇਗਾ ਜਾ ਕੇ ਕੋਈ ਆਖੇਗਾ ਫਲਾਣੇ ਦਾ ਸਾਲਾ ਏ ਇਹਦਾ ਪੁੱਤਰ ਏ ਇਹਦਾ ਜਵਾਈ ਇਹਦਾ ਜਵਾਈ ਏ ਇਹਦਾ ਭਰਾ ਏ ਪਰ ਉਹ ਰੱਬ ਮਾਇਆ ਵਰਤਾਈ ਆਪਣੀ ਇਹ ਭਗਤ ਭਗੀਰਥ ਜਿਹਨੇ ਬੜੇ ਸਾਲ ਸਾਧਨਾ ਤਪ ਕੀਤਾ ਸੀ ਭਗਵਾਨ ਪੱਥਰ ਦੇ ਭਗਵਾਨ ਨੂੰ ਪੂਜਿਆ ਸੀ ਪੱਥਰ ਬੋਲਿਆ ਨਹੀਂ ਸੀ
ਇੱਕ ਦਿਨ ਪੱਥਰ ਚ ਆਵਾਜ਼ ਆਈ, ਗੁਰੂ ਨਾਨਕ ਸਾਹਿਬ ਨੇ ਮਾਰਗ ਦਿਖਾਇਆ, ਆ ਜਾ ਇੱਧਰ। ਫਿਰ ਇਹ ਭਗੀਰਥਾ ਸੁਲਤਾਨਪੁਰ ਪਹੁੰਚਿਆ, ਮਲਸੀਆਂ ਤੋਂ ਨੇੜੇ ਹੀ ਹੈ, ਬਹੁਤੀ ਦੂਰ ਨਹੀਂ। ਤੇ ਪੁੱਛਿਆ ਮੈਂ ਨਾਨਕ ਨੂੰ ਮਿਲਣਾ ਹੈ, ਕਹਿੰਦੇ ਉਹ ਸੁਲਤਾਨ ਮੋਦੀਖਾਨੇ ਦਾ ਨੌਕਰ, ਦੌਲਤ ਖਾਨ ਦਾ ਜਿਹੜਾ ਨੌਕਰ ਹੈ ਉਹ, ਕਹਿੰਦੇ ਹਾਂ। ਕਿਸੇ ਨੇ ਆਖਿਆ ਨਾਨਕੀ ਦਾ ਵੀ, ਕਿਸੇ ਨੇ ਆਖਿਆ ਜੈ ਰਾਮ ਦਾ ਸਾਲਾ, ਕਹਿੰਦੇ ਜਾ ਫਿਰ ਮੱਥਾ ਟੇਕਿਆ। ਗੁਰੂ ਨਾਨਕ ਸਾਹਿਬ ਕਹਿੰਦੇ ਆ ਗਿਆ ਭਗੀਰਥਾ, ਆਖੋ ਸੀ। ਫਿਰ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਗਿਆ, ਇਹ ਗੁਰਸਿੱਖ ਬਣਿਆ ਗਿਆ। ਇਹਨੇ ਬਹੁਤ ਦੁਨੀਆ ਨੂੰ ਜੋੜਿਆ ਭਗੀਰਥ ਨੇ, ਗੁਰੂ ਸਾਹਿਬ ਦਾ ਇਹ ਮਨ ਸੁੱਖ, ਇਹ ਗੁਰੂ ਸਾਹਿਬ ਦਾ ਸਿੱਖ ਹੋਇਆ। ਪੱਥਰ ਵੀ ਬੋਲ ਬੋਲ ਕੇ ਕਹਿੰਦੇ ਆ ਉਹ ਭਗਵਾਨ ਆ ਗਿਆ ਜੇ, ਜਿਹੜੇ ਪੱਥਰ ਦੇ ਭਗਵਾਨ ਸੀ ਨਾ ਉਹ ਵੀ ਬੋਲ ਪਏ ਕਿ ਰੱਬ ਦਾ ਨਾਨਕ ਬੈਠਾ ਹੋਇਆ। ਤੇ ਇਸ ਰੱਬ ਨੂੰ ਦਰਸ਼ਨ ਕਰਨ ਵਾਸਤੇ ਸਤਿਯੁਗ ਦਾ ਰਿਸ਼ੀ ਵੀ ਬੈਠਾ ਹੋਇਆ, ਜਿਹਨੂੰ ਪੰਜਵੇਂ ਜਾਮੇ ਦਰਸ਼ਨ ਦਿੱਤੇ। ਕਿ ਲੋਕੀ ਇਹ ਨਾ ਕਹੇ ਕਿ ਗੁਰੂ ਨਾਨਕ ਸੀ ਬਾਅਦ ਚ ਨਹੀਂ ਹੋਈ, ਸਦਾ ਹੀ ਪਹਿਲਾਂ ਪੜ ਲਓ, ਜਦੋਂ ਸੁਣੀ ਨਾ ਪੁਕਾਰ ਕਿਸੇ ਦੇਵ ਦੀ, ਜਦੋਂ ਸੁਣੀ ਨਾ ਪੁਕਾਰ ਕਿਸੇ ਦੇਵ ਦੇ, ਤਾਈਓ ਆਉਣਾ ਬਾਬੇ ਨੂੰ ਪਿਆ। ਜਦੋਂ ਸੁਣੀ ਨਾ ਪੁਕਾਰ ਕਿਸੇ ਦੇਵ ਦੇ, ਰਾਏ ਬੁਲਾਰ ਦਾ,
ਇਹ ਸੱਤ ਰਿਸ਼ੀ ਜਿਹੜੇ ਉਸ ਸਮੇਂ ਮੰਨੇ ਗਏ ਗੁਰੂ ਨਾਨਕ ਸਾਹਿਬ ਦੀ, ਜਿਨ੍ਹਾਂ ਨੇ ਬੰਦਗੀ ਕੀਤੀ ਤੇ ਫਿਰ ਸੱਤੇ ਰਿਸ਼ੀ ਸੰਸਾਰ ਵਿੱਚ ਆਏ। ਰਾਏ ਬੜਾ ਪਿਤਾ ਨੇ ਮੰਗਦਾ ਲਿਆ, ਮੈਂ ਬਾਪ ਹੋਵਾਂ ਪਰ ਅੱਖਾਂ ਨਾ ਮੰਨੀਆਂ, ਉਹਨੂੰ ਪਛਾਣ ਨਹੀਂ ਆਈ। ਚੋਣੀ ਸੁਲੱਖਣੀ ਨੇ ਮੰਗਦਾ ਲਿਆ ਕਿ ਮੈਂ ਤੁਹਾਡੀ ਪਤਨੀ ਹੋਵਾਂ, ਪਰ ਇਹ ਨਾ ਮੰਗਿਆ ਕਿ ਮੈਂ ਪਤੀ ਤੁਹਾਨੂੰ ਪਰਮੇਸ਼ਰ ਕਰਕੇ ਵੀ ਜਾਣਾ। ਉਹ ਭੁੱਲੀ ਰਹੀ ਬਹੁਤ ਦੇਰ, ਬਹੁਤ ਦੇਰ ਲੜਾਈਆਂ ਕਰਦੀ ਸੀ। ਗੁਰੂ ਨਾਨਕ ਘਰੇ ਨਹੀਂ ਆਉਂਦੇ, ਤੁਸੀਂ ਲਿਆਉਂਦੇ ਨਹੀਂ ਕੁਝ, ਸੰਤਾਂ ਨੂੰ ਦਿੰਦੇ ਜੇ, ਰੁੱਸ ਕੇ ਵੀ ਚਲੀ ਜਾਂਦੀ ਸੀ। ਇੱਕ ਬੇਬੇ ਨਾਨਕੀ ਨੇ ਮੰਗਿਆ ਸੀ ਵੀ ਮੈਂ ਵੀ ਭੈਣ ਹੋਵਾਂ, ਮੈਨੂੰ ਪਤਾ ਹੋਵੇ ਕਿ ਤੂੰ ਮੇਰਾ ਵੀਰ ਵੀ ਹੈ ਤੇ ਪੀਰ ਵੀ। ਇੱਕ ਰਾਏ ਬਲਾਰ ਨੇ ਮੰਗਿਆ ਸੀ ਵੀ ਮੈਂ ਰਾਜਾ ਹੋਵਾਂ, ਰਾਜਿਆਂ ਦੀ ਮੱਤ ਬਦਲ ਤੇ ਮਾਇਆ ਪੈ ਜਾਂਦੀ ਹੈ, ਰਾਜੇ ਪਛਾਣਦੇ ਨਹੀਂ ਹੁੰਦੇ ਸਾਧੂਆਂ ਸੰਤਾਂ ਨੂੰ, ਤੇ ਮੈਨੂੰ ਪਛਾਣ ਬਣੀ ਰਹੇ ਕਿ ਮੇਰੇ ਰਾਜ ਭਾਗ ਵਿੱਚ ਆਪ ਰੱਬ ਆਇਆ ਹੈ ਆਖੋ, ਤੇ ਮੈਂ ਰਾਜ ਭਾਗ ਵਾਰ। ਦੂਜੇ ਮੰਗਦਾ ਲਿਆ ਸਾਹਮਣੇ ਆਪੋ ਆਪਣਾ, ਪਰ ਇਹ ਨਾ ਮੰਗਿਆ ਕਿ ਅਸੀਂ ਤੁਹਾਨੂੰ ਪਛਾਣ ਵੀ ਲਈਏ। ਉਹ ਨਾਨਕੀ ਤੇ ਰਾਏ ਬਲਾਰ ਨਹੀਂ ਮੰਗਿਆ, ਇਹ ਨੇ ਸਾਡੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ, ਸਾਡੇ ਕਿੱਡੇ ਕਰਮ ਖੋਟੇ ਹੋਣਗੇ, ਕਿੱਡੇ ਕਰਮ ਮਾੜੇ ਹੋਣਗੇ ਜੀ ਅਸੀਂ ਬਾਬੇ ਨਾਨਕ ਨੂੰ ਛੱਡ ਕੇ ਭੂਤਨਿਆਂ ਦੇ ਮਗਰ ਜਾਈਏ, ਬਾਬੇ ਨਾਨਕ ਨੂੰ ਛੱਡ ਕੇ ਕਬਰਾਂ ਵਾਲਿਆਂ ਦੇ ਮਗਰ ਜਾਈਏ, ਬਾਬੇ ਨਾਨਕ ਨੂੰ ਛੱਡ ਕੇ ਪੀਰਾਂ ਫਕੀਰਾਂ ਦੇ ਦੀਵੇ ਜਗਾਈਏ। ਕਿਉਂ ਜਗਾਈਏ? ਸਾਡਾ ਬਾਬਾ ਸਭ ਤੋਂ ਵੱਡਾ ਹੈ, ਹਮਰਾ ਠਾਕਰ ਸਦ ਬੋਲਨਤਾ। ਅੱਜ ਵੀ ਬਾਬਾ ਨਾਨਕ ਬੋਲੇਗਾ, ਕੋਈ ਯਾਦ ਕਰੇਗਾ ਤਾਂ ਅੱਜ ਵੀ ਬਾਬਾ ਨਾਨਕ ਮਿਹਰ ਕਰੇਗਾ। ਦੋ ਭਰਾ ਸੀ ਸਿੰਧੀ, ਉਹਨਾਂ ਨੇ ਬਾਬੇ ਨਾਨਕ ਦਾ ਧਿਆਨ ਧਰ ਲਿਆ ਤੇ ਜਪਜੀ ਸਾਹਿਬ ਦੇ ਰੋਜ਼ 13-13 ਪਾਠ ਕਰਨ ਕਰਨ ਕਰਾਂਚੀ ਰਹਿੰਦੇ ਸੀ, ਰੋਜ਼ 13-13 ਪਾਠ ਜਪਜੀ ਦੇ। ਉਹਨਾਂ ਦੀ ਦੁਕਾਨ ਤੇ ਅੰਗਰੇਜ਼ਾਂ ਦਾ ਰਾਜ ਸੀ, ਅੰਗਰੇਜ਼ਾਂ ਦਾ ਹੀਰਿਆਂ ਦਾ ਕੰਮ ਸੀ ਉਹਨਾਂ ਭਰਾਵਾਂ ਦੋਵਾਂ ਦਾ। ਅੰਗਰੇਜ਼ ਤੇ ਮੇਮ ਹੀਰਾ ਲੈਣ ਵਾਸਤੇ ਆ ਗਿਆ, ਅਰਬਾਂ ਕਰੋੜਾਂ ਦੀ ਕੀਮਤ ਹੁੰਦੀ ਹੀਰਿਆਂ ਦੀ, ਬਹੁਤ ਮਹਿੰਗੇ। ਬੜੇ ਅਮੀਰ ਭਰਾ ਸੀ ਦੋਵੇਂ, ਹੀਰੇ ਲਾਲਾਂ ਦਾ ਵਪਾਰ ਸੀ ਸਾਰੀ ਦੁਨੀਆਂ ਚ। ਅੰਗਰੇਜ਼ ਤੇ ਮੇਮ ਹੀਰਾ ਲੈਣ ਵਾਸਤੇ ਆ ਗਿਆ, ਉਹ ਹੀਰੇ ਵੇਖੀ ਜਾਣ ਉਹਨਾਂ ਐਵੇਂ ਕਈ ਘੰਟੇ ਖਰਾਬ ਕਰਦਾ। ਇੱਕ ਭਰਾ ਕਹਿੰਦਾ ਜੇ ਤੁਸੀਂ ਲੈਣਾ ਨਹੀਂ ਕੋਈ ਤੇ ਸਾਡਾ ਟਾਈਮ ਕਿਉਂ ਖਰਾਬ ਕਰਦੇ ਜੀ? ਉਹ ਸੀ ਬਹੁਤ ਵੱਡਾ ਅੰਗਰੇਜ਼ ਅਫਸਰ, ਬਹੁਤ ਵੱਡਾ ਅੰਗਰੇਜ਼, ਅੰਗਰੇਜ਼ਾਂ ਨੂੰ ਇੱਧਰ ਰਾਜ ਭਾਗ ਵੰਡੇ ਹੋਏ ਸੀ ਸਰਕਾਰ ਨੇ, ਰਾਜ ਅੰਗਰੇਜ਼ਾਂ ਦਾ ਸੀ। ਮੇਮ ਨੇ ਉਸ ਅੰਗਰੇਜ਼ ਨੇ ਹੀਰਾ ਚੱਕ ਕੇ ਮਾਰਿਆ ਵੀ ਚੁੱਕੋ। ਦੋਵੇਂ ਉਹਨੂੰ ਭਰਾ ਨੂੰ ਗੁੱਸਾ ਆਇਆ ਕਿ ਤੁਸੀਂ ਐਵੇਂ ਕਰਦੇ, ਸਾਰਾ ਦਿਨ ਸਾਡਾ ਖਰਾਬ ਕੀਤਾ, ਇੱਕ ਤੁਸੀਂ ਹੀਰੇ ਸਾਡੇ ਚੱਕ ਕੇ ਮਾਰੇ, ਇੱਕ ਲੱਖਾਂ ਦੀ ਕੀਮਤ ਦਾ ਹੀਰੇ ਆ। ਉਹਨੇ ਕਿਹਾ ਜਾ ਨਿਕਲੋ ਸਾਡੀ ਦੁਕਾਨ ਤੋਂ ਬਾਹਰ। ਉਹ ਗੁੱਸੇ ਨਾਲ ਜਦੋਂ ਪਿੱਛੇ ਹਟੇ ਨਾ, ਪੌੜੀਆਂ ਚੜ੍ਹਦੀਆਂ ਸੀ, ਮੇਮ ਉੱਥੋਂ ਡਿੱਗ ਪਈ, ਉਹ ਪਹਿਲੀ ਪੌੜੀ ਤੋਂ ਹੀ ਗੁੱਸੇ ਨਾਲ ਡਿੱਗੀ। ਇਹਨਾਂ ਨੇ ਕਿਹਾ ਨਿਕਲੋ ਬਾਹਰ ਸਾਡੀ ਦੁਕਾਨ ਤੋਂ। ਜਦੋਂ ਡਿੱਗੀ ਤੇ ਰਿੜਦੀ ਥੱਲੇ ਸਿਰ ਪੱਥਰ ਤੇ ਵੱਜਿਆ, ਹਸਪਤਾਲ ਜਾ ਕੇ ਮਰ ਗਈ। ਅੰਗਰੇਜ਼ ਨੇ ਕੇਸ ਪਾਤਾ ਇਹਨਾਂ ਦੋਨਾਂ ਭਰਾਵਾਂ ਦੇ, ਸਰਕਾਰ ਅੰਗਰੇਜ਼ ਦੀ ਸੀ,
ਦੋਨੇ ਭਰਾ ਜੇਲ੍ਹ ਵਿੱਚ ਬੰਦ ਹੋ ਗਏ। ਅਮੀਰ ਜਿਨ੍ਹਾਂ ਜੇਲ੍ਹ ਦਾ ਨਾਂ ਨਹੀਂ ਕਦੀ ਸੁਣਿਆ, 13 ਪਾਠ ਜਪਜੀ ਦੇ ਰੋਜ਼ ਕਰਦੇ ਸੀ। ਗੁਰੂ ਨਾਨਕ ਸਾਹਿਬ ਤੁਹਾਨੂੰ ਮੰਨਦੇ ਆ, ਤੁਹਾਡੇ ਪਾਠ ਕਰਦੇ, ਤੁਹਾਡੇ ਦਰਸ਼ਨ ਨਹੀਂ ਅਸੀਂ ਕੀਤੇ, ਦਰਸ਼ਨ ਜਦੋਂ ਦਿਓਗੇ ਉਦੋਂ ਹੀ ਕਰਾਂਗੇ। ਦਰਸ਼ਨ ਵੀ ਦਿਓ ਪਰ ਸਾਡੀ ਜੇਲ੍ਹ ਵੀ ਕੱਢੋ। ਅਸੀਂ ਬਿਲਕੁਲ ਬੇਦੋਸ਼ੇ ਹਾਂ, ਸਾਡੀ ਕੋਈ ਗਲਤੀ ਨਹੀਂ, ਸਾਨੂੰ ਸਜ਼ਾ ਇੰਨੀ ਵੱਡੀ ਕਿ ਜੇਲ੍ਹ ਹੋ ਗਈ, ਕਤਲ ਪੈ ਗਿਆ, ਕਿਰਪਾ ਕਰੋ ਸਾਡੇ। 13 ਪਾਠਾਂ ਤੋਂ 26 ਪਾਠ ਕਰਦੇ ਦੋਨਾਂ ਭਰਾਵਾਂ ਨੇ, 26 ਤੋਂ ਹੋਰ ਵਧਾ ਕੇ ਜੇਲ੍ਹ 'ਚ ਵਧਾਈ ਗਈ। 50-52 ਪਾਠ ਜਪਜੀ ਸਾਹਿਬ ਦੇ ਕਰਨ ਲੱਗੇ ਰੋਜ਼। ਕੇਸ ਚੱਲਿਆ, ਇਹ ਅਰਦਾਸ ਕਰਦੇ ਆ, ਇਹਨਾਂ ਨੂੰ ਆਵਾਜ਼ ਆਈ ਕਿ ਜਪਜੀ ਸਾਹਿਬ ਕਰੀ ਜਾਓ, ਘਬਰਾਇਓ ਨਾ, ਅਸੀਂ ਤੁਹਾਡੇ ਨਾਲ। ਆਖੋ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨਹੀਂ ਹੋਏ, ਮੰਨਦੇ ਗੁਰੂ ਨਾਨਕ ਨੂੰ ਇਹ ਆਵਾਜ਼ ਆਈ। ਕੇਸ ਚੱਲਿਆ, ਤਰੀਕਾ ਪੈਣ ਜੱਜ ਨੂੰ, ਦਰਸ਼ਨ ਹੋਏ ਕਿ ਦੋਨੋਂ ਬੇਦੋਸ਼ੇ ਆ, ਇਹਨਾਂ ਨੂੰ ਬਰੀ ਕਰਨਾ ਹੈ। ਉਹਨੇ ਕਿਹਾ ਐਵੇਂ ਸੁਪਣਾ। ਉਹ ਕੇਸ ਫਿਰ ਦੂਜੇ ਪਾਸੇ ਜਾ ਰਿਹਾ ਸੀ, ਫਿਰ ਤਾੜਨਾ ਨਾਲ ਦਰਸ਼ਨ ਹੋਏ ਵੀ ਤੈਨੂੰ ਕਿਹਾ ਸੀ ਇਹਨਾਂ ਦੀ ਮਦਦ ਕਰਨੀ। ਕਹਿੰਦਾ ਜੀ ਮੈਂ ਭੁੱਲ ਗਿਆ, ਮੈਂ ਸਮਝਿਆ ਸੀ ਐਵੇਂ ਹੀ ਸੁਪਣਾ। ਕੇਸ ਚੱਲਦਾ ਰਿਹਾ, ਇਹ ਦੋਨੋਂ ਭਰਾ ਤਰੀਕਾਂ ਭੁਗਤਦੇ ਰਹੇ। ਫਾਂਸੀ ਦੀ ਸਜ਼ਾ ਹੋਣੀ ਸੀ ਦੋਵਾਂ ਨੂੰ, ਰਾਜ ਅੰਗਰੇਜ਼ਾਂ ਦਾ ਸੀ। ਦੋਨਾਂ ਭਰਾਵਾਂ ਨੂੰ ਵੀ ਇੱਕ ਸੰਤ ਰੂਪ ਚ ਦਰਸ਼ਨ ਹੋਏ, ਘਬਰਾਓ ਨਾ, ਤੁਸੀਂ ਬਰੀ ਹੋਵੋਗੇ। ਬਰੀ ਹੋ ਕੇ ਸਾਡੇ ਕੋਲ ਸਿੱਧੇ ਆਉਣਾ। ਆਖੋ ਸੀ ਸਾਡਾ ਨਿਵਾਸ ਭੁੱਚੋ ਪਿੰਡ ਵਿੱਚ ਹੈ। ਆਖੋ ਸੀ ਬਾਬਾ ਮਹਾਰਨਾਮ ਸਿੰਘ ਦੇ ਦਰਸ਼ਨ ਹੋਏ, ਗੁਰੂ ਨਾਨਕ ਸਾਹਿਬ ਨੂੰ ਮੰਨਦੇ ਸੀ, ਜਪਜੀ ਸਾਹਿਬ ਦੇ ਪਾਠ ਕਰਦੇ ਸੀ। ਬਾਬਾ ਮਹਾਰਨਾਮ ਸਿੰਘ ਦੇ ਦਰਸ਼ਨ ਹੋਏ, ਬਾਬਾ ਮਹਾਰਨਾਮ ਸਿੰਘ ਜੀ ਹੀ ਜਾ ਕੇ ਜੱਜ ਨੂੰ ਕਿਹਾ, ਦੋ ਤਿੰਨ ਵਾਰੀ ਜਿੱਦਣ ਕੇਸ ਫੈਸਲਾ ਸੁਣਾਉਣਾ ਸੀ ਉਸ ਦਿਨ ਬਾਬਾ ਜੀ ਨੇ ਕੜਕਵੀਂ ਆਵਾਜ਼ ਵਿੱਚ ਕਿਹਾ ਵੀ ਤੈਨੂੰ ਕੀ ਕਿਹਾ ਸੀ। ਜੱਜ ਡਰ ਗਿਆ, ਜੱਜ ਨੇ ਇਹਨਾਂ ਭਰਾਵਾਂ ਨੂੰ ਬਰੀ ਕਰਤਾ। ਬਾਬਾ ਜੀ ਨੇ ਕਿਹਾ ਸੀ ਤੁਸੀਂ ਬਰੀ ਹੋ ਜਾਓਗੇ ਤੇ ਸਿੱਧੇ ਸਾਡੇ ਕੋਲ ਪੁੱਛੋ। ਪੰਜਾਬ ਦੇ ਵਿੱਚ ਕਰਾਂਚੀ ਦੇ ਸੀ ਇਹ ਦੋਨੋਂ ਸਿੰਧੀ ਭਰਾ ਆਏ, ਟੇਸ਼ ਗੱਡੀ ਤੇ ਚੜੇ, ਬਠਿੰਡੇ ਦਾ ਸਟੇਸ਼ਨ ਸੀ। ਬਾਬਾ ਜੀ ਨੇ ਸੇਵਾਦਾਰ ਨੂੰ ਭੇਜਤਾ ਸੀ ਵੀ ਲੈ ਕੇ ਆਓ, ਦੋ ਭਗਤ ਗੁਰੂ ਨਾਨਕ ਸਾਹਿਬ ਦੇ ਆ ਰਹੇ ਨੇ। ਆਖੋ ਸੀ ਡਿਊਟੀ ਲੱਗਦੀ ਮਹਾਂਪੁਰਸ਼ਾਂ ਦੀ, ਜਿਹੜੇ ਗੁਰੂ ਨਾਨਕ ਦਾ ਰੂਪ ਨੇ ਤਾਰ ਦੇ ਉਹੋ ਹੀ ਨੇ ਗੁਰੂ ਨਾਨਕ ਸਾਹਿਬ ਦਾ ਸਾਰੇ ਕਲਯੁਗ ਵਿੱਚ ਪਹਿਰਾ ਹੈ। ਜੱਜ ਨੇ ਬਰੀ ਕਰਤਾ, ਦੋਨੋਂ ਉੱਥੋਂ ਚੱਲੇ ਉੱਚੋ ਆਏ। ਬਾਬਾ ਜੀ ਨੇ ਸਾਰੀ ਉਹਨਾਂ ਵਿਥਿਆ ਸੁਣਾਈ। ਉਸ ਸਮੇਂ ਰਤਨ ਸਿੰਘ ਡਰੌਲੀ ਨੇ ਸਾਰੀ ਸਾਗੀ ਸੁਣੀ। ਫਿਰ ਇਹ ਇਤਿਹਾਸ ਵਿੱਚ ਉਸ ਰਤਨ ਸਿੰਘ ਡਰੌਲੀ ਨੇ ਸਾਗੀ ਲਿਖੀ ਹੈ, ਉਹਨਾਂ ਦੇ ਬੇਟੇ ਸਤਨਾਮ ਸਿੰਘ ਡਰੌਲੀ। ਬਾਬਾ ਜੀ ਕੋਲ ਫਿਰ ਰਹੇ ਕੋਈ ਦਿਨ, ਫਿਰ ਦੋਨਾਂ ਭਰਾਵਾਂ ਦੇ ਨਾਮ 'ਚ ਹੀ ਜੁੜੇ ਰਹਿੰਦੇ ਸੀ। ਬਾਬਾ ਡਰੌਲੀ ਜੀ ਕਹਿੰਦੇ ਮੈਂ ਪ੍ਰਸ਼ਾਦਾ ਛਕਾਉਂਦਾ ਸੀ, ਉਹਨਾਂ ਦੇ ਕੋਲੋਂ ਵਾਹਿਗੁਰੂ ਦੀ ਆਵਾਜ਼ ਜਾਂ ਜਪਜੀ ਸਾਹਿਬ ਦੇ ਪਾਠ ਦੀ ਆਉਂਦੀ ਸੀ, ਹੋਰ ਕੋਈ ਨਹੀਂ। ਬਾਬਾ ਜੀ ਨੇ ਫਿਰ ਦੋਨਾਂ ਭਰਾਵਾਂ ਨੂੰ ਕਿਹਾ ਵੀ ਜੱਜ ਤੁਹਾਨੂੰ ਕਹੂਗਾ ਮੇਰੇ ਨਾਲ ਚੱਲੋ, ਤੁਸੀਂ ਨਹੀਂ ਚੱਲਣਾ।
ਉਹ ਤਾਂ ਪੰਡਾ ਚੱਕੀ ਫਿਰਦਾ ਮੰਗਾਂ ਦੀਆਂ। ਤੁਹਾਡੀ ਕੋਈ ਮੰਗਣੀ ਤੁਸੀਂ ਦੋਵੇਂ ਭਗਤ ਜੀ ਆਖੋ ਸ੍ਰੀ ਵਾਹਿਗੁਰੂ। ਫਿਰ ਜੱਜ ਵੀ ਇੱਥੋਂ ਕਿਸੇ ਮਹਾਰਾਜੇ ਪਟਿਆਲੇ ਕੋਲੋਂ ਕਿਸੇ ਵਜ਼ੀਰ ਨੂੰ ਨਾਲ ਲੈ ਕੇ ਬਾਬਾ ਜੀ ਕੋਲ ਆਣ ਕੇ ਭੁਗਤਿਆ। ਜੱਜ ਨੂੰ ਵੀ ਬਾਬਾ ਜੀ ਨੇ ਫਿਰ ਉਪਦੇਸ਼ ਦਿੱਤਾ, ਬਾਬਾ ਮਹਾਰਨਾਮ ਸਿੰਘ ਜੀ ਨੇ। ਅੱਜ ਵੀ ਗੁਰੂ ਨਾਨਕ ਸਾਹਿਬ ਹਮਰਾ ਠਾਕਰ ਸਦ ਬੋਲੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੋਨਾਂ ਭਰਾਵਾਂ ਨੂੰ ਜਪਜੀ ਸਾਹਿਬ ਦੇ 13-13 26-26 ਪਾਠ ਕਰਦੇ ਸੀ, ਵਧਾਈ ਗਏ ਜੇਲ੍ਹ ਚ, ਦਰਸ਼ਨ ਦਿੱਤੇ, ਦਰਸ਼ਨ ਦੇ ਕੇ ਕਿਹਾ ਸਾਡੇ ਕੋਲ ਆਇਓ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਜਾ ਕੇ ਲੇਖੇ ਪਾੜੇ, ਜੱਜ ਤੋਂ ਛਡਾਇਆ ਤੇ ਕੱਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਸਾਹਿਬ ਐਡੇ ਵੱਡੇ ਨੇ ਭਾਈ, ਕਦੀ ਵੀ ਭਟਕ ਕੇ ਸੱਜੇ ਖੱਬੇ ਨਾ ਜਾਇਓ। ਜਿੱਥੇ ਗੁਰੂ ਨਾਨਕ ਸਾਹਿਬ ਹੋਣਗੇ ਉੱਥੇ ਹੀ ਜਾਣਾ, ਜਿੱਥੇ ਗੁਰੂ ਗ੍ਰੰਥ ਸਾਹਿਬ ਹੋਣਗੇ ਦੂਜੀ ਜਗ੍ਹਾ ਨਹੀਂ ਜਾਣਾ। ਜਿੱਥੇ ਪ੍ਰਗਟ ਗੁਰੂਆਂ ਦੀ ਦੇਹ ਗੁਰੂ ਨਾਨਕ ਸਾਹਿਬ ਨੇ, ਇਹਨਾਂ ਦੇ ਚਰਨਾਂ 'ਚ ਹੀ ਜਾਣਾ ਹੈ, ਮਹਾਂਪੁਰਖਾਂ ਦੀ ਸੰਗਤ ਕਰਨੀ ਹੈ। ਅਤੇ ਗੁਰੂ ਨਾਨਕ ਸਾਹਿਬ ਸਾਨੂੰ ਤਾਰਨ ਵਾਸਤੇ ਆਏ ਨੇ ਅਤੇ ਸਾਡਾ ਸੇਵਾ ਸਿਮਰਨ ਪਾਠ ਨਿਤਨੇਮ ਸਾਰਾ ਕੁਝ ਲੇਖੇ ਪਾਉਣਗੇ ਅਤੇ ਸਾਰਿਆਂ ਨੇ ਮੂਲ ਮੰਤਰ ਦੀਆਂ 6-6 ਮਾਲਾ ਗੁਰੂ ਨਾਨਕ ਸਾਹਿਬ ਦੇ ਅਵਤਾਰ ਪੁਰਬ ਤੱਕ ਕਰੀ ਜਾਣਗੇ। ਵੱਧ ਕਰ ਲਿਓ, ਕੋਈ ਟਾਈਮ ਨਹੀਂ ਜ਼ਿਆਦਾ ਲੱਗਦਾ। 12 ਮਾਲਾ ਕਰੋ, 15 ਕਰੋ, 20 ਕਰੋ, 32 ਕਰੋ, 50 ਕਰੋ, ਜਿੰਨੀਆਂ ਮਰਜ਼ੀ ਕਰੋ। ਸਾਡੇ ਬੀਬੀਆਂ ਨੇ ਮੂਲ ਮੰਤਰ ਦੀਆਂ ਉਹ ਮਾਲਾ ਕਰਦੀਆਂ ਨੇ, 50-50 ਵੀ, 80-80 ਵੀ, 70-70 ਵੀ ਕਰ ਜਾਂਦੀਆਂ ਮਾਤਾ, ਨਾਲੇ ਸਾਰਾ ਸਾਰਾ ਦਿਨ ਸੇਵਾ ਕਰਦੀਆਂ ਨੇ। 32-32 ਮਾਲਾ ਮੂਲ ਮੰਤਰ ਦੀਆਂ ਨਾਲ ਸਾਰਾ ਸਾਰਾ ਦਿਨ ਸੇਵਾ। ਇਹ ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਨੇ ਝੋਲੀਆਂ ਭਰੀਆਂ, ਜਿਹਦੇ 'ਤੇ ਨਜ਼ਰ ਕਰਦੇ ਸੀ, ਮਾਲਾ ਫੜਾਉਂਦੇ ਸੀ, ਉਹੀ ਜਪਣ ਲੱਗ ਜਾਂਦਾ ਸੀ, ਉਹੀ ਜੁੜ ਜਾਂਦਾ ਸੀ। ਮਹਾਨ ਸ਼ਕਤੀ ਵਾਲੇ ਮਹਾਂਪੁਰਖ ਗੁਰੂ ਨਾਨਕ ਸਾਹਿਬ ਜੀ ਕੱਲ ਤਾਰਨ ਗੁਰੂ ਨਾਨਕ ਆਇਆ, ਆਇਆ ਗੁਰੂ ਨਾਨਕ ਜਗ ਤਾਰਨੇ। ਆਇਆ ਗੁਰੂ ਨਾਨਕ ਜਗ ਤਾਰਨੇ ਨੂੰ, ਆਇਆ ਗੁਰੂ ਨਾਨਕ ਜਗ ਤਾਰਨੇ ਨੂੰ, ਆਇਆ
ਬੱਚਾ ਬੱਚਾ ਸਾਰਿਆਂ ਨੇ ਮੂਲ ਮੰਤਰ ਦੀਆਂ ਮਾਲਾ ਕਰਨੀਆਂ ਹੈ, ਕਰੀ ਜਾਣੀਆਂ ਗੁਰੂ ਨਾਨਕ ਸਾਹਿਬ ਦੇ ਅਵਤਾਰ ਪੁਰਬ ਤੱਕ। ਫਿਰ ਸਾਰੀ ਗਿਣਤੀ ਇੱਥੇ ਪਹੁੰਚਾ ਦਿਆ, ਜੇ ਪੁੱਛੋ ਪਹੁੰਚਾ ਦਿਓ, ਸਾਰੇ ਮੂਲ ਮੰਤਰ ਦੀ ਅਰਦਾਸ ਹੋਏਗੀ, ਆਪਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਭੇਟਾ ਕਰਾਂਗੇ ਕਿ ਗੁਰੂ ਨਾਨਕ ਦੇਵ ਜੀ ਆਹ ਭੇਟਾ ਸਾਡੀ 550 ਸਾਲ ਅਵਤਾਰ ਪੁਰਬ ਤੇ ਇਹ ਮਨਜ਼ੂਰ ਕਰ। ਸਾਰਿਆਂ ਨੇ ਮੂਲ ਮੰਤਰ ਦੀਆਂ ਮਾਲਾ ਕਰਨੀਆਂ। ਹੁਣ ਹੁਕਮਨਾਮਾ ਸੁਣੋ, ਕੱਲ ਤੇ ਪਰਸੋਂ ਦਾ ਦੋ ਦਿਨ ਦਾ ਪ੍ਰੋਗਰਾਮ, ਪਰਸੋਂ ਪਾਠੀ ਸਿੰਘ ਬਾਹਰ ਆਉਣਗੇ, ਰਹਿਣ ਸਬਾਈ ਕੀਰਤਨ ਹੋਏਗਾ, ਅੱਜ ਸਿਗਾਰੇ ਤਣ ਗੁਰੂ। ਸੰਤ ਬਾਬਾ ਸੁਖਦੇਵ ਸਿੰਘ ਜੀ ਸ੍ਰੀ ਭੁੱਚੋ ਸਾਹਿਬ ਵਾਲਿਆਂ ਦੀਆਂ ਹੋਰ ਵੀ ਨਵੀਆਂ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ।